वेलकम रोहनप्रीत टू बल्ले बल्ले। थैंक यू सो मच भाजी, थैंक यू सो मच। बल्ले बल्ले चैनल ने मैंने बुलाया अज, मैं बहुत ही शुक्रगुजार हाँ बल्ले बल्ले चैनल का, सारी टीम का। तो बहुत वधिया लग रहा मैं एक डिजिटल स्पेस शो का हिस्सा बन के, थैंक यू सो मच रियली। सो अज तुहाडी मुलाकात बल्ले बल्ले टीम नाल पहली मुलाकात हैगी अज। हाँ जी सो बिल्कुल पहली मुलाकात नूं थोड़ा यादगार करने वास्ते आप उत्थे शुरू करते हैं जिथे पहली मुलाकात हिट बनिया। सो दो लाइना पहली मुलाकात जी। फस्ट ऑफ ऑल थैंक यू थोड़े सारिया का, बल्ले बल्ले की सारी टीम का, जिहड़े सारे देख रहे हैं चैनल उन्हों का सारे का थैंक यू, जिन्हें जिन्होंने ये गाने मेरे को सुनिया, पहली मुलाकात में सुनिया, उन्हों का सारे का मैं तय दिलों धन्यवादी हाँ। तो मैं एक्चुअली मेरा गला थोड़ा जहा मौसम इदा का चलता पाया तो कोल्ड होया मैं थोड़ा, पर तुम जज ना करो कोई, पर मैं गाना थोड़ा दो लाइन जरूर सुनावगा। थोड़ा जहा तो मैं विषय फील करूँगी जी, हले पहली मुलाकात है जी, हले पहली मुलाकात है। थोड़ा जहा तो मैं विषय फील करूँगी जी, हले पहली मुलाकात है। थैंक यू सो मच। क्या बात है, गले खराब तो बाद भी इतनी बढ़िया बात, क्या बात है। बस कोशिश कर लेंगे भाई। सो भाई गल्ला शुरू करने तो पहला एक गाना स्पेशल कुड़ियां लिए कड्या गया या दोनों जोन वास्ते सीगा? नहीं एक्चुअली जेड़ा एक गाना है बेसिकली जे तुसी देखा जावे तां दोनों मतलब अज्यूम कर सकते हैं। इस गाने ते जेड़ी प्री वेडिंग शूट्स होंदे ने ਉਹ ਬਹੁਤ ਹੀ ਜ਼ਿਆਦਾ ਹੋਏ ਅਤੇ ਮਤਲਬ ਕਾਫੀ ਲੋਕਾਂ ਨੇ ਆਪਣੇ ਕੋਈ ਵਿਆਹਾਂ 'ਚ ਚੱਲਦਾ ਪਿਆ ਨਾ, ਉਹਨਾਂ ਨੇ ਲੋਕਾਂ ਨੇ ਪ੍ਰੀ ਵੈਡਿੰਗ ਸ਼ੂਟਸ ਕੀਤੇ, ਮੈਨੂੰ ਬਹੁਤ ਸਾਰੀ ਵੀਡੀਓਜ਼ ਆਈਆਂ ਸੀਗੀਆਂ। ਅਤੇ ਇਟਸ ਰੋਮੈਂਟਿਕ ਸੌਂਗ 'ਤੇ ਮਤਲਬ ਕੋਈ ਵੀ ਇਹਨੂੰ ਆਪਣੇ 'ਤੇ ਲੈ ਸਕਦਾ, ਮੁੰਡਾ ਵੀ ਲੈ ਸਕਦਾ, ਕੁੜੀ ਵੀ ਲੈ ਸਕਦੀ, ਦੈਟ ਡਸਨਟ ਮੈਟਰ। ਮੇਰਾ ਨੈਕਸਟ ਕੁਐਸਚਨ ਇਹ ਸੀਗਾ ਕਿ ਭਾਈ ਤੁਹਾਡੇ ਕੋਲ ਕਿੰਨੀ ਵੈਡਿੰਗ ਸ਼ੋਅ ਦੀ ਵੀਡੀਓਜ਼ ਆਈਆਂ ਨੇ ਕਿ ਯਾਰ ਇਹ ਸੌਂਗ ਪਲੇ ਹੁੰਦਾ ਤੁਹਾਨੂੰ ਦੇਖਿਆ ਹੋਵੇ? ਮੈਂ ਦੇਖੋ ਤੁਹਾਨੂੰ ਤੁਹਾਡੇ ਪੁੱਛਣ ਤੋਂ ਪਹਿਲਾਂ ਹੀ ਦੱਸਤਾ, ਫਿਰ ਬੱਲੇ ਬੱਲੇ ਦੀ ਗ੍ਰੀਨ ਟੀ ਦਾ ਅਸਰ ਹੈ ਨਾ। ਸਹੀ ਗੱਲ ਹੈ, ਬੱਲੇ ਬੱਲੇ ਦੀ ਟੀ ਮਤਲਬ ਬੱਲੇ ਬੱਲੇ ਹੀ ਆ ਪੂਰੀ। ਅਤੇ ਮੈਨੂੰ ਕਾਫੀ ਜ਼ਿਆਦਾ ਕੀ ਕਹਿੰਦੇ ਨੇ ਪ੍ਰੀ ਵੈਡਿੰਗ ਸ਼ੂਟਸ ਦੀਆਂ ਬਹੁਤ ਸਾਰੀਆਂ ਵੀਡੀਓਜ਼ ਆਈਆਂ ਸੀਗੀਆਂ, ਮੈਂ ਸਾਰੀਆਂ ਤਾਂ ਨਹੀਂ ਅਪਲੋਡ ਕਰ ਸਕਿਆ, ਲੇਕਿਨ ਮੈਂ ਕੁਝ ਕੁਝ ਕੀਤੀਆਂ ਸੀਗੀਆਂ ਆਪਣੇ ਇੰਸਟਾਗ੍ਰਾਮ 'ਤੇ ਵੀ ਅਪਲੋਡ, ਅਤੇ ਬਹੁਤ ਸਾਰਾ ਲੋਕਾਂ ਦਾ ਪਿਆਰ ਮਿਲਿਆ ਮੈਨੂੰ ਸੱਚ। ਸੋ ਕਰੀਅਰ ਦੀ ਗੱਲ ਕਰਦੇ ਹਾਂ, ਕਰੀਅਰ ਵਿੱਚ ਇਹੋ ਜਿਹਾ ਮੁਕਾਮ ਮਿਲਣਾ, ਇੱਕ ਸੌਂਗ ਇੰਨਾ ਵੱਡਾ ਹਿੱਟ ਹੋਣਾ ਜਿੱਥੇ ਬਹੁਤ ਜ਼ਿਆਦਾ ਪਲੇ ਮਿਲਣਾ, ਅੱਜ ਵੀ ਉਹ ਫਰੈਸ਼ ਫੀਲਿੰਗ ਆ ਜਦ ਵੀ ਆਪਾਂ ਗਾਣਾ ਸੁਣਦੇ ਹਾਂ ਜੀ। ਸੋ ਕੈਰੀਅਰ ਦੀ ਸ਼ੁਰੂਆਤ ਕਿੱਥੋਂ ਹੋਈ, ਕੀ ਕਰੀਅਰ ਨੂੰ ਤੁਸੀਂ ਲੈ ਕੇ ਕੀ ਸੋਚਿਆ ਸੀ, ਕਿ ਪਹਿਲਾਂ ਬਚਪਨ ਸੋਚਿਆ ਸੀ ਕਿ ਨਹੀਂ ਯਾਰ ਆਪਾਂ ਸਿੰਗਿੰਗ ਲਾਈਨ 'ਚ ਜਾਣਾ, ਕਿੱਦਾਂ ਸਟਾਰਟਿੰਗ ਹੋਈ? ਬਚਪਨ 'ਚ ਮੈਂ ਇੱਕ ਸ਼ੋਅ ਕੀਤਾ ਸੀਗਾ ਜੀ, ਜਦੋਂ ਮੈਂ 11-12 ਸਾਲ ਦਾ ਸੀਗਾ ਉਦੋਂ ਮੇਰਾ ਇੱਕ ਸ਼ੋਅ ਸੀ ਲਿਟਲ ਚੈਂਪਸ, ਅਤੇ ਉਹ 'ਚ ਵੀ ਮੈਂ ਫਸਟ ਰਨਰ ਅਪ ਸੀਗਾ। ਬਸ ਫਿਰ ਉਸ ਤੋਂ ਬਾਅਦ ਮੇਰੀ ਜਰਨੀ ਸਟਾਰਟ ਹੋ ਗਈ ਸੀਗੀ, ਉਸ ਤੋਂ ਬਾਅਦ ਫਿਰ ਰਾਈਜ਼ਿੰਗ ਸਟਾਰ, ਫਿਰ ਉਸ ਤੋਂ ਪਹਿਲਾਂ ਰਾਈਜ਼ਿੰਗ ਸਟਾਰ ਤੋਂ ਪਹਿਲਾਂ ਮੈਂ ਜੱਸੀ ਲੋਕੇ ਵੀਰੇ ਨੂੰ ਮਿਲਿਆ, ਸਾਰਿਆਂ ਨੂੰ ਪਤਾ ਜੱਸੀ ਲੋਕਾ ਕੌਣ ਆ, ਮੇਰਾ ਵੱਡਾ ਭਰਾ ਜੱਸੀ ਲੋਕਾ, ਅਤੇ ਬਹੁਤ ਹਿੱਟ ਹਿੱਟ ਸੌਂਗ ਬਾਈ ਨੇ ਦਿੱਤੇ ਆ, ਸ਼ੈਰੀਮਨ ਭਾਅ ਜੀ ਦੇ ਗਾਣੇ, ਹੋਸਟਲ ਵਾਲਾ ਕਮਰਾ ਗਿੱਪੀ ਭਾਅ ਜੀ ਨੇ ਵੀ ਗਾਇਆ, ਗਿੱਪੀ ਭਾਅ ਜੀ ਨੇ ਕਿਹੜਾ ਗਾਇਆ ਜੀ, ਫੋਟੋ ਜੱਟ ਦੀ ਸਰਾਣੇ ਰੱਖ ਸੋਇਆ ਕਰੇਗੀ, ਸੋਰੀ, ਅਤੇ ਫੋਟੋ ਜੱਟ ਦੀ ਸਰਾਣੇ ਰੱਖ ਸੋਇਆ ਕਰੇਗੀ ਦੇ ਨਾਲ ਆਣ ਦੇ ਜੱਸੀ ਵੀਰੇ ਦਾ ਲਿਖਿਆ ਹੋਇਆ, ਗੋਰੇ ਰੰਗ ਵਾਲੀ ਯਾਰ ਤੁਹਾਡਾ ਛੱਡ ਗਈ, ਬਹੁਤ ਹੀ ਹਿੱਟ ਹਿੱਟ ਗਾਣੇ ਦਿੱਤੇ ਬਾਈ ਨੇ। ਅਤੇ ਮੇਰੀ ਮੁਲਾਕਾਤ ਹੋਈ ਸੀਗੀ ਜੱਸੀ ਵੀਰੇ ਨਾਲ, ਉਸ ਤੋਂ ਬਾਅਦ ਸਾਡਾ ਮਤਲਬ ਪ੍ਰੇਮ ਪਿਆਰ ਇੱਦਾਂ ਦੀ, ਮਤਲਬ ਜਿਵੇਂ ਹੁਣ ਮੈਨੂੰ ਉਹ ਟ੍ਰੀਟ ਕਰਨ ਜਿੱਦਾਂ ਮੈਂ ਉਹਨਾਂ ਦਾ ਛੋਟਾ ਭਰਾ ਵਾਂ, ਹੈ ਨਾ, ਅਤੇ ਭਰਾਵਾਂ ਵਾਲੀ ਗੱਲਬਾਤ ਹੈ। ਉਹਨਾਂ ਨੇ ਬਸ ਫਿਰ ਮੈਨੂੰ ਅੱਗੇ ਦੱਸਿਆ ਵੀ ਹਾਂ ਯਾਰ ਹੁਣ ਆਪਾਂ ਗਾਣੇ ਕੁਛ ਕਰਦੇ ਹਾਂ, ਅਤੇ ਉਹਨਾਂ ਨਾਲ ਮੈਂ ਜੁੜਿਆ, ਕਾਫੀ ਗਾਣੇ ਕੀਤੇ, ਫਿਰ ਮੈਂ ਰਾਈਜ਼ਿੰਗ ਸਟਾਰ 'ਚ ਆਇਆ। ਰਾਈਜ਼ਿੰਗ ਸਟਾਰ ਤੋਂ ਪਹਿਲਾਂ ਇੱਕ ਗਾਣਾ ਰਿਲੀਜ਼ ਹੋਇਆ ਸੀ, ਉਹਦਾ ਨਾਂ ਸੀ ਬੈਂਗ ਗੈਂਗ, ਉਹ 'ਚ ਜੱਸੀ ਵੀਰੇ ਨੇ ਵੀ ਗਾਇਆ ਸੀਗਾ ਅਤੇ ਮੈਂ ਵੀ ਗਾਇਆ ਸੀਗਾ, ਅਤੇ ਉਸ ਤੋਂ ਪਹਿਲਾਂ ਵੀ ਇੱਕ ਗਾਣਾ ਸੀਗਾ ਵੱਡੀ ਹੈ ਮਸ਼ੂਕੇ, ਉਹ ਜਸਟ ਆਡੀਓ ਰਿਲੀਜ਼ ਕੀਤਾ ਸੀ ਅਸੀਂ। ਅਤੇ ਜਦੋਂ ਰਾਈਜ਼ਿੰਗ ਸਟਾਰ ਤੋਂ ਬਾਅਦ ਫਿਰ ਮੈਂ ਆਇਆ, ਫਿਰ ਮੇਰਾ ਮਤਲਬ ਐਗਜੈਕਟ ਜਿਹੜਾ ਇੱਕ ਪ੍ਰੋਪਰ ਗਾਣਾ ਸ਼ੂਟ ਹੋ ਕੇ ਰਿਲੀਜ਼ ਹੋਇਆ ਸੀ, ਉਹਦਾ ਨਾਮ ਸੀ ਤਕਲੀਫ, ਅਤੇ ਬਸ ਫਿਰ ਉੱਥੋਂ ਦੀ ਫਿਰ ਹੁਣ ਜਰਨੀ ਅੱਗੇ ਚੱਲਦੀ ਪਈ ਆ। ਸੋ ਲਿਟਲ ਚੈਂਪਸ 2007 ਵਿੱਚ ਆਇਆ, 2008 ਵਿੱਚ ਫਾਈਨਲ ਸੀਗਾ ਹੁੰਦਾ ਜੀ ਜੀ ਜੀ। ਸੋ ਉਸ ਤੋਂ ਬਾਅਦ ਕਾਫੀ ਗੈਪ ਵੇਖਣ ਨੂੰ ਮਿਲਿਆ, ਕਿ ਉਸ ਟਾਈਮ ਦੇ ਵਿੱਚ ਤੁਸੀਂ ਇਹ ਡਿਸਾਈਡ ਕਰ ਰਹੇ ਸੀ ਕਿ ਆਪਾਂ ਕਿਸ ਟਾਈਪ ਦੇ ਜ਼ੋਨ 'ਚ ਜਾਣਾ, ਜਾਂ ਕੀ ਉਸ ਟਾਈਮ ਪ੍ਰੀਪਰੇਸ਼ਨ ਚੱਲ ਰਹੀ ਸੀ ਤੁਹਾਡੀ? ਨਹੀਂ ਐਕਚੁਅਲੀ ਜਿਹੜਾ ਉਦੋਂ ਮੈਂ ਇੱਕ ਜਵਾਕ ਸੀਗਾ, ਉਦੋਂ ਮੈਂ ਬੱਚਾ ਸੀਗਾ, ਅਤੇ ਬੱਚੇ ਤੋਂ ਜਦੋਂ ਆਪਾਂ ਇੱਕ ਮੈਚੋਰਟੀ ਲੈਵਲ 'ਤੇ ਆਉਂਦੇ ਹਾਂ, ਉਦੋਂ ਆਪਣੀ ਕਹਿੰਦੇ ਨੇ ਵੀ ਵੋਇਸ ਚੇਂਜ ਹੁੰਦੀ ਆ, ਅਤੇ ਮੈਂ ਬਸ ਫਿਰ ਉਦੋਂ ਰਿਆਜ਼ 'ਤੇ ਲੱਗਿਆ ਹੋਇਆ ਸੀਗਾ ਵੀ ਕਿਤੇ ਖਰਾਬ ਨਾ ਹੋ ਜਾਵੇ ਵੋਇਸ ਮੇਰੀ, ਅਤੇ ਬਸ ਫਿਰ ਉਦੋਂ ਰਿਆਜ਼ ਕਰਦੇ ਰਹੇ ਉਦੋਂ ਡਿਸਾਈਡ ਹੋ ਰਿਹਾ ਸੀ ਵੀ ਮਤਲਬ ਯਾਰ ਕਿੱਦਾਂ ਦੇ ਗਾਣੇ ਕਰਨੇ ਪੈਣੇ, ਕਿੱਦਾਂ ਦੇ ਨਹੀਂ, ਅਤੇ ਚੱਲੀ ਜਾਂਦਾ ਸੀ ਉਦੋਂ। ਫਿਰ ਮਾੜੀ ਮੋਟੀ ਅਕਲ ਵੀ ਆਉਣ ਲੱਗ ਗਈ ਵੀ ਹਾਂ ਯਾਰ ਇੰਡਸਟਰੀ 'ਚ ਦਾ ਪਤਾ ਲੱਗਣ ਲੱਗ ਗਿਆ ਵੀ ਕੀ ਕਿੱਦਾਂ ਦੇ ਗਾਣੇ ਚੱਲ ਰਹੇ ਨੇ ਅੱਜ ਕੱਲ੍ਹ, ਕਿਉਂਕਿ ਵਕਤ ਦੇ ਨਾਲ ਨਾਲ ਚੇਂਜ ਹੁੰਦਾ ਰਹਿੰਦਾ, ਸਾਰਾ ਮਾਹੌਲ ਵੀ ਚੇਂਜ ਹੁੰਦਾ ਰਹਿੰਦਾ ਅਤੇ ਗਾਣਿਆਂ ਦਾ ਟੇਸਟ ਵੀ ਚੇਂਜ ਹੁੰਦਾ ਰਹਿੰਦਾ। ਫਿਰ ਮੈਂ ਕਿਹਾ ਵੀ ਚੱਲ ਇੱਕ ਵਾਰ ਪਹਿਲਾਂ ਗਲਾ ਹੀ ਸੈੱਟ ਕਰ ਲਈਏ, ਜਦੋਂ ਸਟੈਪ ਲੈਣਾ ਹੋਊਗਾ ਉਦੋਂ ਦੇਖਾਂਗੇ ਕਿੱਦਾਂ ਦਾ ਗਾਣਾ ਕਰ। ਸੋ ਲਿਟਲ ਚੈਂਪਸ ਬਹੁਤ ਵੱਡਾ ਪਲੇਟਫਾਰਮ ਹੈ ਜਿੱਥੋਂ ਬਹੁਤ ਜਲਦੀ ਨਾਮ ਨਿਕਲਦਾ, ਤੁਹਾਡਾ ਵੀ ਨਿਕਲਿਆ। ਸੋ ਤੁਸੀਂ ਇਹ ਨਹੀਂ ਸੋਚਿਆ ਕਿ ਯਾਰ ਐਸੀ ਏਜ ਨਾਲ ਹੀ ਆਪਾਂ ਸਟਾਰਟ ਕਰੀਏ ਤਾਂ ਕਿ ਜਿਹੜੀ ਅੱਜ ਦੀ ਏਜ ਆ ਤੁਸੀਂ ਮੇ ਬੀ ਜ਼ਿਆਦਾ ਗਾਣੇ ਕਰ ਚੁੱਕੇ ਹੁੰਦੇ ਜਾਂ ਜ਼ਿਆਦਾ ਨਾਮ ਕਰ ਚੁੱਕੇ ਹੋ, ਤੁਸੀਂ ਇਹ ਡਿਸੀਜ਼ਨ ਨਹੀਂ ਲਿੱਤਾ? ਨਹੀਂ ਦੇਖੋ, ਕਰਨ ਕਰਾਉਣ ਵਾਲਾ ਮਾਲਕ ਹੁੰਦਾ ਜੀ। ਮੈਨੂੰ ਲੱਗਦਾ ਕਿ ਮੈਨੂੰ ਜਿੱਦਾਂ ਘਰਦਿਆਂ ਨੇ ਸਿਖਾਇਆ ਕਿ ਵੀ ਮਿਹਨਤ ਕਰਦੇ ਰਹੋ, ਹੈ ਨਾ, ਜੋ ਤੁਹਾਡੇ ਨਸੀਬ ਵਿੱਚ ਹੋਊਗਾ, ਜੋ ਮਾਲਕ ਨੇ ਲਿਖਿਆ ਹੋਊਗਾ, ਉਹ ਤੁਹਾਨੂੰ ਮਿਲ ਹੀ ਜਾਣਾ। ਜੋ ਇੱਕ ਹਰ ਇੱਕ ਚੀਜ਼ ਦਾ ਇੱਕ ਰਾਈਟ ਸਮਾਂ ਆਉਂਦਾ, ਇੱਕ ਰਾਈਟ ਟਾਈਮ ਹੁੰਦਾ,
ਜਦੋਂ ਰਾਈਟ ਟਾਈਮ ਆਉਣਾ ਹੁੰਦਾ ਉਹ ਤੁਹਾਨੂੰ ਪਤਾ ਨਹੀਂ ਹੋਣਾ, ਤੁਹਾਨੂੰ ਦੱਸ ਕੇ ਨਹੀਂ ਆਊਗਾ ਵੀ ਉਹ ਤੁਹਾਡਾ ਹੁਣ ਰਾਈਟ ਟਾਈਮ, ਉਦੋਂ ਆਟੋਮੈਟਿਕਲੀ ਉਹ ਚੀਜ਼ ਹੁੰਦੀ ਰਹਿੰਦੀ ਆ। ਬਸ ਫਿਰ ਮੈਂ ਗੋ ਵਿਦ ਦਾ ਫਲੋ ਹੀ ਚੱਲਦਾ ਰਿਹਾ ਅਤੇ ਜਿੱਦਾਂ ਹੁੰਦਾ ਰਿਹਾ ਫਿਰ ਹੁਣ ਤੁਹਾਡੇ ਸਾਹਮਣੇ ਅੱਜ ਬੈਠੇ। ਸੋ ਸਟਰਗਲ ਦੀ ਗੱਲ ਕਰਦੇ ਹਾਂ, ਹਰ ਆਰਟਿਸਟ ਬਹੁਤ ਸਟਰਗਲ ਕਰਕੇ ਆਉਂਦਾ, ਕਈ ਆਰਟਿਸਟ ਹੈ ਜਿਹੜੇ ਡਾਇਰੈਕਟ ਫੇਮ ਮਿਲਿਆ ਪਹਿਲਾ ਗਾਣਾ ਹਿੱਟ, ਸਟਰਗਲ ਨਹੀਂ ਹੈਗੀ। ਤੁਹਾਡੀ ਲਾਈਫ ਦੇ ਅੰਦਰ ਕੀ ਸਟਰਗਲ ਰਹੀ ਹੈ? ਨਹੀਂ, ਮੇਰੀ ਲਾਈਫ ਦੇ ਅੰਦਰ ਕਾਫੀ ਸਟਰਗਲ ਰਹੀ ਹੈ, ਮੈਂ ਕਾਫੀ ਧੱਕੇ ਖਾਧੇ ਆ, ਬਟ ਮਤਲਬ ਉਹਨਾਂ ਕੁਛ ਨਹੀਂ ਮੈਨੂੰ ਕਰਨਾ ਪਿਆ ਜਿੰਨਾ ਕਿ ਮਤਲਬ ਕਈ ਲੋਕ ਬਹੁਤ ਹੀ ਜ਼ਿਆਦਾ ਕਰਦੇ ਹੈਗੇ ਆ, ਉਹਨਾਂ ਕੁਛ ਨਹੀਂ ਕਰਨਾ ਪਿਆ ਕਿਉਂਕਿ ਸਾਰੇ ਜਿਹੜੇ ਨੋਨ ਜਿਹੜੇ ਵੱਡੇ ਵੀਰ ਜਿਹੜੇ ਮਿਲੇ ਸਾਰੇ ਹੈ ਨਾ, ਜੱਸੀ ਵੀਰੇ ਹੋਣੇ ਸਾਰੇ, ਉਹਨਾਂ ਨੇ ਬਹੁਤ ਮੈਨੂੰ ਗਾਈਡ ਕੀਤਾ ਕਿਉਂਕਿ ਆਲਰੇਡੀ ਉਹ ਇੰਡਸਟਰੀ 'ਚ ਸੀਗੇ, ਉਹਨਾਂ ਨੂੰ ਪਤਾ ਸੀਗਾ ਇੰਡਸਟਰੀ ਦਾ ਕੀ ਸਿਸਟਮ ਹੈ ਸਾਰਾ ਹੈ ਨਾ, ਵੀ ਕਿੱਦਾਂ ਕੀ ਕਰਨਾ। ਅਤੇ ਜੇ ਮੈਨੂੰ ਰੱਬ ਨਾ ਕਰਦਾ ਕਿ ਜੇ ਨਾ ਜੱਸੀ ਵੀਰੇ ਹੁਣੇ ਮਿਲਦੇ ਤਾਂ ਸ਼ਾਇਦ ਧੱਕੇ ਖਾ ਰਿਹਾ ਹੁੰਦਾ ਮੈਂ ਹੁਣ, ਹੈ ਨਾ। ਬਾਕੀ ਉਹ ਸਮਾਂ ਹੁੰਦਾ, ਤੁਹਾਨੂੰ ਪਤਾ ਨਹੀਂ ਹੁੰਦਾ ਵੀ ਰੱਬ ਨੇ ਜ਼ਰੀਆ ਬਣਾਇਆ ਹੁੰਦਾ। ਜੱਸੀ ਵੀਰਾ ਮਿਲਿਆ ਮੈਨੂੰ, ਪ੍ਰੀਤ ਚਹਿਲ ਵੀਰਾ ਮਿਲਿਆ, ਸਾਰਿਆਂ ਨੇ ਇਹਨਾਂ ਨੇ ਮੈਨੂੰ ਬਹੁਤ ਗਾਈਡ ਕੀਤਾ ਮੈਨੂੰ, ਅਤੇ ਅੱਜ ਬਸ। ਸੋ ਹੁਣ ਇਹ ਸਟਰਗਲ ਤੋਂ ਬਾਅਦ ਦੀ ਜਿਹੜੀ ਤਕਲੀਫਾਂ ਸੀ ਉਹ ਦੂਰ ਹੋ ਗਈਆਂ? ਨਹੀਂ, ਹਲੇ ਵੀ ਸਟਰਗਲ ਚੱਲੀ ਜਾਂਦੇ। ਦੇਖੋ ਲਾਈਫ ਮੈਨੂੰ ਲੱਗਦਾ ਕਿ ਜਦੋਂ ਤੱਕ ਅਸੀਂ ਜਿਉਂਦੇ ਹਾਂ ਉਹ ਲਾਈਫ ਸਟਰਗਲ ਹੀ ਹੁੰਦੀ ਆ, ਕਿਉਂਕਿ ਜਿਹੜੀ ਜੇ ਤੁਸੀਂ ਕੁਛ ਸਿੱਖੋਗੇ ਤਾਂ ਉਹ ਤੁਹਾਡਾ ਇੱਕ ਤਰ੍ਹਾਂ ਦਾ ਸਟਰਗਲ ਹੀ ਆ। ਤੁਸੀਂ ਕੁਛ ਸਟਰਗਲ ਕਰ ਰਹੇ ਹੋ, ਸਟਰਗਲ ਕਰਕੇ ਤੁਹਾਨੂੰ ਤੁਸੀਂ ਕੁਛ ਅਚੀਵ ਕਰ ਰਹੇ ਹੋ। ਜੇ ਤੁਸੀਂ ਸਿੱਖਣਾ ਬੰਦ ਕਰ ਦਿਓਗੇ ਫਿਰ ਆਈ ਥਿੰਕ ਉੱਥੇ ਡੈੱਡ ਹੋ ਜਾਂਦੀ, ਉੱਥੇ ਖਤਮ ਹੋ ਜਾਣੀ ਆ। ਅਤੇ ਇੱਕ ਬੰਦੇ ਇੱਕ ਮੈਂ ਚਾਹੁੰਦਾ ਕਿ ਇੱਕ ਇਨਸਾਨ ਦੇ ਵਿੱਚ ਇੱਕ ਬਚਪਨਾ ਵੀ ਜ਼ਰੂਰੀ ਹੈ ਅਤੇ ਇੱਕ ਜਿਹੜੀ ਸਿੱਖਣ ਦੀ ਕੀ ਕਹਿੰਦੇ ਨੇ ਆਦਤ ਉਹ ਵੀ ਬਹੁਤ ਹੋਣੀ ਜ਼ਰੂਰੀ ਹੈ। ਜੇ ਤੁਸੀਂ ਅੱਗੇ ਤਾਂ ਕੁਛ ਨਾ ਕੁਛ ਨਵਾਂ ਦਿੰਦਾ ਰਹਿਣਾ, ਕੁਛ ਨਵਾਂ ਕਰਦਾ ਰਹਿਣਾ, ਅਤੇ ਉਹ ਜ਼ਰੂਰੀ ਆ ਚੀਜ਼ਾਂ। ਅਤੇ ਹੁਣ ਤਕਲੀਫਾਂ ਹਜੇ ਵੀ ਸਹਿ ਰਹੇ ਹੋ ਤੁਸੀਂ? ਤਕਲੀਫਾਂ ਬਿਲਕੁਲ ਬਿਲਕੁਲ ਤਕਲੀਫਾਂ ਨਾਲ ਮੈਂ ਤੁਹਾਨੂੰ ਗਾਣਾ ਸੁਣਾ ਦਿੰਦਾ ਤਕਲੀਫ। ਅਤੇ ਤਕਲੀਫਾਂ ਚੱਲਦੀਆਂ ਰਹਿਣੀਆਂ ਚਾਹੀਦੀਆਂ, ਛੋਟੀਆਂ ਮੋਟੀਆਂ, ਬੰਦੇ ਦੇ ਲਾਈਫ 'ਚ ਬੰਦੇ ਦੇ ਪੈਰ ਜ਼ਮੀਨ 'ਤੇ ਲੱਗੇ ਰਹਿੰਦੇ ਨੇ। ਬਾਕੀ ਮੈਂ ਦੋ ਲਾਈਨਾਂ ਤਕਲੀਫ ਗਾਣੇ ਦੇ ਵਿੱਚ ਸੁਣਾ ਦਿੰਦਾ ਹੁਣ ਤੁਹਾਨੂੰ, ਨਹੀਂ ਤਾਂ ਤੁਸੀਂ ਤਕਲੀਫਾਂ ਛੱਡਣੀਆਂ ਨਹੀਂ, ਬਿਲਕੁਲ ਹੀ ਛੱਡਣੀ। ਓਕੇ, ਭੁੱਲਾ ਚੁੱਕਾ, ਮਾਫ ਹੈ ਪਹਿਲਾਂ ਹੀ। ਤੈਨੂੰ ਛੱਡਣਾ ਮੈਂ ਚਾਹਵਾਂ, ਰਾਤੋ ਰਾਤ ਛੱਡ ਜਾਂ, ਗੱਲ ਮੁੱਕਦੀ ਐ ਇੱਥੇ, ਮੈਂ ਛੱਡਣਾ ਨਹੀਂ ਚਾਹੁੰਦੀ। ਤੈਨੂੰ ਭੁੱਲਣਾ ਮੈਂ ਚਾਹਵਾਂ, ਰਾਤੋ ਰਾਤ ਭੁੱਲ ਜਾਂ, ਗੱਲ ਮੁੱਕਦੀ ਐ ਇੱਥੇ, ਮੈਂ ਭੁੱਲਣਾ ਨਹੀਂ ਚਾਹੁੰਦੀ। ਭਾਜੀ ਬੜੇ ਰਿਸ਼ਤੇ ਮਤਲਬ ਤੁਸੀਂ ਜੋੜੇ ਇਸ ਗਾਣੇ ਤੋਂ ਬਾਅਦ, ਕਿਉਂਕਿ ਹਰ ਕੋਈ ਡੈਡੀਕੇਟ ਕਰਦਾ ਜਦੋਂ ਬ੍ਰੇਕਅਪ ਹੋਣ ਲੱਗਦਾ ਨਾ, ਤੇ ਰਿਸ਼ਤਾ ਜੋੜ ਜਾਂਦਾ। ਮੇਰੇ ਜਿੰਨੇ ਵੀ ਹਲੇ ਤੱਕ ਗਾਣੇ ਆਏ ਭਾਜੀ ਉਹ ਇਦਾਂ ਹੀ ਆ, ਮਤਲਬ ਕਿਸੇ ਨਾ ਹਰ ਇੱਕ ਨੂੰ ਲੱਗਦਾ ਵੀ ਉਹ ਰਿਲੇਟ ਹੋ ਰਿਹਾ, ਤੇ ਉਹ ਵਧੀਆ ਵੀ ਹੈ ਗੱਲ, ਕਿਉਂਕਿ ਹਰ ਇੱਕ ਨੂੰ ਜਿਹੜਾ ਵੀ ਸੁਣਦਾ ਉਹਨੂੰ ਲੱਗਦਾ ਵੀ ਯਾਰ ਹਾਂ ਮੇਰੇ ਲਈ ਸ਼ਾਇਦ ਬਣਿਆ ਗਾਣਾ। ਬਿਲਕੁਲ, ਉਹ ਡਾਇਰੈਕਟ ਫੀਲ ਤੁਸੀਂ ਕਰ ਸਕਦੇ ਹੋ ਸੌਂਗ ਦੇ ਨਾਲ ਨਾ, ਉਦੋਂ ਗਾਣਾ ਬਹੁਤ ਫੀਲ ਕੀਤਾ ਭਾਜੀ ਇਹ ਗੱਲ। ਸੋ ਭਾਜੀ ਇੱਕ ਰੋਮਾਂਟਿਕ ਸੌਂਗ, ਇੱਕ ਸੈਡ ਸੌਂਗ, ਦੋਨੋਂ ਹਿੱਟ, ਤੇ ਕੀ ਤੁਹਾਡਾ ਬੀਟ ਸੌਂਗ ਦਾ ਵੀ ਪਲਾਨ ਹੈ? ਕੀ ਸੇਮ ਜ਼ੋਨਰ 'ਚ ਹੀ ਰਹਿਣਾ ਚਾਹੋਗੇ? ਨਹੀਂ ਨਹੀਂ ਨਹੀਂ, ਮੈਂ ਬਿਲਕੁਲ ਭਾਜੀ ਮੈਂ ਬੀਟ ਸੌਂਗ ਵੀ ਕਰਾਂਗਾ। ਓਕੇ, ਮੈਂ ਚਾਹੁੰਦਾ ਕਿ ਮੈਂ ਸਿਰਫ ਇੱਕ ਤਰ੍ਹਾਂ ਦਾ ਸਿੰਗਰ ਨਾ ਬਣ ਕੇ ਰਵਾਂ, ਵੀ ਮੈਂ ਹਰ ਕੁਛ ਟਰਾਈ ਕਰਾਂ, ਕਿਉਂਕਿ ਆਪਾਂ ਜੇ ਕੁਛ ਨਹੀਂ ਟਰਾਈ ਕਰਾਂਗੇ ਤਾਂ ਉਹਦਾ ਆਪਾਂ ਨੂੰ ਆਊਟਪੁੱਟ ਇੱਦਾਂ ਪਤਾ ਨਹੀਂ ਚੱਲੂਗਾ। ਇੱਦਾਂ ਤਾਂ ਲੋਕ ਕਹਿਣਗੇ ਵੀ ਨਹੀਂ ਯਾਰ ਤੂੰ ਰਹਿਣ ਦੇ, ਜਦ ਤੱਕ ਆਪਾਂ ਆਡੀਅੰਸ ਮਾਰਕੀਟ 'ਚ ਦਿੰਦੇ ਨਹੀਂ, ਆਡੀਅੰਸ ਨੂੰ ਦਿੰਦੇ ਨਹੀਂ ਉਹ ਚੀਜ਼, ਤਾਂ ਉਹਦਾ ਆਪਾਂ ਨੂੰ ਆਊਟਪੁੱਟ ਪਤਾ ਨਹੀਂ ਲੱਗੂਗਾ ਵੀ ਕੀ ਚੀਜ਼ ਤਾਂ ਆਡੀਅੰਸ ਲਈ ਹੋਗੀ। ਬਟ ਤੁਹਾਡਾ ਫੇਵਰੇਟ ਜ਼ੋਨ ਦੀ ਗੱਲ ਕਰੇਗੀ ਜੀ, ਚਾਹੋ ਕਿ ਮੈਂ ਐਸੀ ਜ਼ੋਨ 'ਚ ਗਾਣਾ ਗਾਣਾ ਤਾਂ ਕਿਹੜਾ ਜ਼ੋਨ ਹੋਊਗਾ ਬਈ? ਮੇਰਾ ਜਿਹੜਾ ਫੇਵਰੇਟ ਜ਼ੋਨ ਆ ਮੈਨੂੰ ਲੱਗਦਾ ਕਿ ਰੋਮੈਂਟਿਕ ਆ, ਸੈਡ ਆ, ਬਟ ਹੁਣ ਮੇਰਾ ਚੱਕਮਾ ਵੀ ਬਣ ਜਾਂਦਾ ਵੀ ਮੈਂ ਚੱਕਮਾ ਵੀ ਗਾਉਂਦਾ ਹੁੰਦਾ ਜਦੋਂ ਆਪਣੇ ਸ਼ੋਜ਼ ਲੱਗਦੇ ਆ ਟੱਚ ਸ਼ੋਜ਼ ਹੁੰਦੇ ਆ ਜਦੋਂ, ਅਤੇ ਉਦੋਂ ਮੈਂ ਫਿਰ ਸਾਰਾ ਮਤਲਬ ਤੁਹਾਨੂੰ ਪਤਾ ਸ਼ੋਜ਼ 'ਤੇ ਤਾਂ ਫਿਰ ਬੀਟ ਮੈਟ ਜੋ ਅੱਗੇ ਫੈਨਸ ਆ ਰਹੇ ਉਹਨਾਂ ਨੂੰ ਕਿਹੜੇ ਸੌਂਗ ਹੁਣ ਮਿਲਣਗੇ? ਬੀਟ ਆਉਣਗੇ, ਰੋਮੈਂਟਿਕ ਆਉਣਗੇ, ਕਿੰਨੀ ਵੇਟ ਕਰ ਰਹੇ ਸਪੈਸ਼ਲੀ? ਸਾਰੇ ਆਉਣਗੇ ਵੀਰੇ, ਬੀਟ ਵੀ ਆ ਰਹੇ ਨੇ, ਓਕੇ, ਰੋਮੈਂਟਿਕ ਵੀ ਆ ਰਹੇ ਆ, ਸੈਡ ਵੀ ਹੈਗਾ। ਮੇਰਾ ਭਰਾ ਇੱਕ ਤਾਂ ਕਿਰਤ ਗਿੱਲ ਵੀਰੇ ਨੇ ਉਹਨੇ ਲਿਖੇ ਆ ਗਾਣੇ, ਮੋਨੀ ਰਾਣਾ ਮੇਰਾ ਭਰਾ ਆ ਮੇਰੇ ਨਾਲ ਹੀ ਹੁੰਦਾ, ਉਹ ਆ ਬੈਠਾ ਸਾਹਮਣੇ ਅਤੇ ਇੰਸਟਾ ਵੀਡੀਓ ਪਾ ਰਿਹਾ ਉਹ ਸਨੈਪਚੈਟ 'ਤੇ। ਬਾਕੀ ਮੋਨੀ ਵੀਰੇ ਨੇ ਵੀ ਲਿਖਿਆ, ਬਹੁਤ ਘੈਂਟ ਘੈਂਟ ਗਾਣੇ ਆ ਰਹੇ ਨੇ। ਤਿੰਨ ਗਾਣੇ ਦੀ ਸ਼ੂਟ ਹੋ ਚੁੱਕੀ ਹੈ ਵੀਰੇ, ਓਕੇ, ਮੈਂ ਤੁਹਾਨੂੰ ਦੱਸ ਦਿੰਦਾ ਥੋੜ੍ਹਾ ਜਿਹਾ ਨਾ ਵਿਸਥਾਰ, ਜ਼ਰੂਰ ਦਿੰਦਾ। ਤਿੰਨ ਗਾਣੇ ਦੀ ਸ਼ੂਟ ਹੋ ਚੁੱਕੀ ਹੈ ਆਲਰੇਡੀ, ਜਿਸ 'ਚੋਂ ਇੱਕ ਗਾਣਾ ਮੋਨੀ ਵੀਰੇ ਦਾ ਲਿਖਿਆ ਹੋਇਆ, ਮੋਨੀ ਰਾਣੇ ਦਾ, ਅਤੇ ਦੋ ਗਾਣੇ ਹੈਗੇ ਕੀਰਤ ਗਿੱਲ ਵੀਰੇ ਦੇ ਲਿਖੇ ਹੋਏ, ਜਿਨ੍ਹਾਂ ਨੇ ਪਹਿਲੀ ਮੁਲਾਕਾਤ ਲਿਖਿਆ ਸੀਗਾ ਉਹਨਾਂ ਦੇ ਲਿਖੇ ਹੋਏ ਦੋ ਗਾਣੇ, ਦੋਨੋਂ ਰੋਮੈਂਟਿਕ ਅਗਲੇ, ਰੋਮੈਂਟਿਕ ਹੈ ਵੀਰੇ, ਬੀਟ ਵੀ ਹੈਗਾ, ਰੋਮੈਂਟਿਕ ਬੀਟ ਵੀ ਹੈਗਾ, ਟੌਂਟ ਜਿਹੜੇ ਗਾਣੇ ਹੁੰਦੇ ਆ ਉੱਦਾਂ ਦੇ ਵੀ ਹੈਗੇ ਜਿਹੜੇ ਅੱਜ ਕੱਲ੍ਹ ਚੱਲਦੇ ਪਏ ਨਾ। ਅਤੇ ਇੱਕ ਗਾਣਾ ਜਿਹੜਾ ਮੋਨੀ ਵੀਰ ਦਾ ਜਿਹੜਾ ਲਿਖਿਆ ਹੋਇਆ ਜਿਹੜਾ ਉਹ ਸ਼ੂਟ ਕੀਤਾ, ਉਹਦੇ 'ਚ ਹੈਗੇ ਜੰਨਤ ਜ਼ੁਬੇਰ ਜੀ ਹੈਗੇ ਨੇ, ਸਾਰਿਆਂ ਨੂੰ ਨਾਮ ਪਤਾ ਹੀ ਦੱਸਣ ਦੀ ਲੋੜ ਨਹੀਂ। ਅਤੇ ਇੱਕ ਗਾਣੇ 'ਚ ਮਾਹਿਰਾ ਸ਼ਰਮਾ ਜੀ ਹੈਗੀ ਆ, ਉਹਨਾਂ ਦਾ ਵੀ ਨਾਮ ਸਾਰਿਆਂ ਨੂੰ ਪਤਾ। ਇੱਕ ਗਾਣੇ 'ਚ ਹੈਗੇ ਨਿਕਿਸ਼ਾ ਜੀ, ਉਹਨਾਂ ਦਾ ਵੀ ਸਾਰਿਆਂ ਨੂੰ ਵੀ ਨਾਮ ਪਤਾ, ਅਤੇ ਦੱਸਣ ਦਾ ਵਿਸਥਾਰ ਜਿਹਨਾਂ ਦੀ ਲੋੜ ਨਹੀਂ ਗੀ ਸਾਰਿਆਂ। ਫੈਨਸ ਨੂੰ ਹਰ ਤਰ੍ਹਾਂ ਦਾ ਗਾਣਾ ਤੁਹਾਡੇ ਤਰਫ ਤੋਂ ਮਿਲੂਗਾ, ਕਿ ਬੀਟ ਵੀ ਕਹਿ ਰਹੇ ਹੋ ਤੁਸੀਂ, ਟੋਨ ਵਾਲਾ ਵੀ ਜਿਹੜੇ ਹੋ ਗਏ ਮੈਂ ਤੁਹਾਨੂੰ ਉਹ ਦੱਸਿਆ। ਬਾਕੀ ਹੁਣ ਮੇਰਾ ਥੋੜ੍ਹੇ ਜਿਹੇ ਦਿਨਾਂ 'ਚ ਹੋਰ ਗਾਂ ਵੀ ਸ਼ੂਟ ਹੋ ਰਹੇ ਨੇ, ਇੱਕ ਗਾਣਾ ਮੇਰਾ ਆ ਰਿਹਾ ਸੁੱਖੀ
ਬਸ ਓਨ ਦਾ ਵੇ ਚੱਲੀ ਜਾਂਦਾ ਕੰਮ ਉਹਦਾ ਵੀ ਲੰਬਾ ਲਾਈਨਅਪ ਮਤਲਬ ਬੈਕ ਟੂ ਬੈਕ ਕਿਉਂਕਿ ਪਤਾ ਕੀ ਮੈਂ ਕਹਿੰਦਾ ਵੀ ਜੇ ਕੰਮ ਕਰਨਾ ਹੈ ਤਾਂ ਵਧੀਆ ਕਰੋ ਹੈ ਨਾ ਮਾੜਾ ਕੰਮ ਕਰਕੇ ਕੋਈ ਫਾਇਦਾ ਨਹੀਂ ਜੇ ਹੁਣ ਇੱਕ ਗਾਣਾ ਦੇ ਕੇ ਜੇ ਮੈਂ ਗੈਪ ਇੰਨਾ ਮੇਰਾ ਪੈ ਗਿਆ ਥੋੜ੍ਹੇ ਦੋ ਤਿੰਨ ਮਹੀਨਿਆਂ ਦਾ ਗੈਪ ਪੈ ਗਿਆ ਅਤੇ ਮੈਂ ਨਹੀਂ ਚਾਹੁੰਦਾ ਕਿ ਮੈਂ ਕਾਲੀ ਕਾਲੀ 'ਚ ਕੁਛ ਮਾੜਾ ਚੀਜ਼ ਹੈ ਨਾ ਕੁਛ ਦੇ ਦਾਂ ਜਾਂ ਕਾਲੀ ਕਾਲੀ 'ਚ ਆ ਕੇ ਮਤਲਬ ਕੁਛ ਮਾੜਾ ਕਰ ਜਾਂ ਅਤੇ ਜੇ ਟਾਈਮ ਲੱਗਦਾ ਕੋਈ ਚੱਕਰ ਨਹੀਂ ਲੇਕਿਨ ਕੰਮ ਵਧੀਆ ਹੋਣਾ ਚਾਹੀਦਾ ਸੋ ਤੂੰ ਤੁਹਾਡਾ ਕੀ ਸੋਚ ਹੈ ਕਿ ਇੱਕ ਸਾਲ ਦੇ ਅੰਦਰ ਬੈਕ ਟੂ ਬੈਕ ਸੌਂਗ ਦੇਣੇ ਵਧੀਆ ਹੈ ਜਾਂ ਕੰਟੈਂਟ ਕੁਆਲਿਟੀ ਕੰਟੈਂਟ ਦੇਣਾ ਜ਼ਿਆਦਾ ਵਧੀਆ ਕੰਟੈਂਟ ਕੁਆਲਿਟੀ ਕੰਟੈਂਟ ਵੀ ਕਹਿੰਦਾ ਅਤੇ ਬੈਕ ਟੂ ਬੈਕ ਵੀ ਹੁਣ ਮਤਲਬ ਜਿੱਦਾਂ ਕੰਟੈਂਟ ਜੋੜ ਲਿਆ ਹੈਗਾ ਜਿਹੜਾ ਥੋੜ੍ਹਾ ਜਿਹਾ ਗੈਪ ਰੱਖਿਆ ਸੀਗਾ ਵਿੱਚ ਇਹਦੇ ਇਸ 'ਤੇ ਫਿਰ ਅਸੀਂ ਇਸ ਕੰਮ 'ਤੇ ਹੀ ਉਹ ਵਰਕਆਊਟ ਕਰਦੇ ਪਏ ਸੀਗੇ ਵੀ ਕੀ ਕਿੱਦਾਂ ਦੇ ਗਾਣੇ ਅੱਗੇ ਹੋਣੇ ਚਾਹੀਦੇ ਆ ਵੀ ਕੀ ਕਰਨਾ ਚਾਹੀਦਾ ਨਾ ਵੀ ਗਾਣੇ ਸਿਲੈਕਟ ਕੀਤੇ ਬਹੁਤ ਗਾਣੇ ਅਤੇ ਫਿਰ ਹੁਣ ਹੌਲੀ ਹੌਲੀ ਕਰਕੇ ਉਹ ਬਣੀ ਜਾਂਦੇ ਨੇ ਅਤੇ ਕੁਝ ਕੁ ਗਾਣੇ ਬਣ ਗਏ ਕੁਝ ਕੁ ਬਣ ਰਹੇ ਨੇ ਹੋਰ ਬਾਕੀ ਬਣਦੇ ਰਹਿਣਗੇ ਅਤੇ ਹੌਲੀ ਹੌਲੀ ਹੁਣ ਬਸ ਜ਼ਿਆਦਾ ਗੈਪ ਨਹੀਂ ਪਾਉਣਾ ਕੰਟੈਂਟ ਦਿੰਦੇ ਰਹੇ ਸੋ ਹੌਲੀ ਹੌਲੀ ਆਪਾਂ ਹੋਰ ਗੱਲਾਂ ਗਾਣਿਆਂ ਦੀ ਕਰਾਂਗੇ ਪਰ ਉਸ ਤੋਂ ਪਹਿਲਾਂ ਗੇਮ ਖੇਲਦੇ ਹਾਂ ਡੈਬ ਟੂ ਇਨਫ ਜੇਕਰ ਤੁਹਾਨੂੰ ਕੋਈ ਚੀਜ਼ ਪਸੰਦ ਹੈ ਤੁਸੀਂ ਡੈਬ ਦਾ ਸਿੰਬਲ ਕਰਨਾ ਜੇਕਰ ਨਹੀਂ ਪਸੰਦ ਤਾਂ ਇਨਫ ਕਰਨਾ ਠੀਕ ਹੈ ਸੋ ਮੈਂ ਵਰਡ ਬੋਲਦਾ ਮੈਂ ਚਾਹ ਜੀ ਫੜਾ ਦਾਂ ਜ਼ਰੂਰ ਜ਼ਰੂਰ ਹਾਂ ਮੜੀ ਚਾਹ ਫੜੀ ਧੰਨਵਾਦ ਧੰਨਵਾਦ ਸੋ ਮੈਂ ਹੁਣ ਨਾਮ ਲੈਣਾ ਸਟਾਰਟ ਕਰਦਾ ਡੈਬ ਇੰਜ ਕਰਕੇ ਕਰਨਾ ਹੈ ਨਾ ਐਦਾਂ ਜੇ ਪੂਰਾ ਜੇ ਮੜੀ ਦੀ ਬਾਹਾਂ ਉੱਤੇ ਨਾ ਹੁਣ ਕੋਈ ਚੱਕਰ ਤਾਂ ਨਹੀਂ ਨਾ ਕੋਈ ਚੱਕਰ ਨਹੀਂ ਓਕੇ ਸੋ ਸਟਾਰਟ ਕਰੀਏ ਹਾਂ ਇੱਧਰ ਨੂੰ ਠੀਕ ਹੈ ਗ੍ਰੀਨ ਟੀ ਜਿਮ ਡਰਾਈਵਿੰਗ ਆ ਵੀ ਕਮਿਟਿਡ ਆ ਵੀ ਜਾਣ ਦਿਓ ਓਕੇ ਕੁੜਤਾ ਪਜਾਮਾ ਹਾਂ ਕੁੜਤਾ ਪਜਾਮਾ ਬਾਈ ਮੈਂ ਦੇਸੀ ਹਾਂ ਸੁਨੰਦਾ ਸ਼ਰਮਾ ਸੁਨੰਦਾ ਸ਼ਰਮਾ ਫੇਵਰੇਟ ਯਾਰ ਹਾਂ ਕੁੜੀ ਬਹੁਤ ਚੰਗੀ ਹੈ ਤੇ ਸੌਂਗ ਵਿਦ ਮਿੱਤੀ ਕਲੇਰ ਸੌਂਗ ਵਿਦ ਮਿੱਤੀ ਕਲੇਰ ਕੀ ਕਹਿਣਾ ਦੱਸ ਦਿਓ ਐਵੇਂ ਪਤਾ ਨਹੀਂ ਭਰਾਵਾ ਸਤਿ ਸ਼੍ਰੀ ਅਕਾਲ ਰੋਮਾਂਟਿਕ ਸੌਂਗ ਵਿਦ ਗੈਸਪੁਰੀ ਬੱਲੇ ਬੱਲੇ ਦੀ ਟੀਮ ਏਦਾਂ ਵੀ ਏਦਾਂ ਨਾ ਕਰਦਾ ਮੈਂ ਸਾਰੇ ਬੈਠੇ ਆ ਨਾਲ ਕੁੱਟਣਗੇ ਜੇ ਮੈਂ ਇੱਦਾਂ ਕਰਦਾ ਨਹੀਂ ਨਹੀਂ ਬੱਲੇ ਬੱਲੇ ਦੀ ਟੀਮ ਮੇਰੇ ਬਹੁਤ ਘੈਂਟ ਹੈ ਸੱਚੀ ਮੈਂ ਤੁਹਾਨੂੰ ਵਾਰ ਵਾਰ ਦੱਸਣਾ ਚਾਹੁੰਦਾ ਅਤੇ ਅਗਲਾ ਕੁਸ਼ਚਨ ਪੁੱਛੋ ਫਿਰ ਕੁਸ਼ਚਨ ਇੱਥੇ ਮੁੱਕਦੇ ਆ ਪਰ ਗਾਣੇ ਦੀ ਗੱਲ ਤੁਸੀਂ ਕਿਹਾ ਕਿ ਲਾਈਨਅਪ ਬਹੁਤ ਕੀਤਾ ਹੋਇਆ ਸੋ ਇੱਕ ਚੀਜ਼ ਤੁਸੀਂ ਕਹਿ ਰਹੇ ਹੋ ਕਿ ਟ੍ਰੈਂਡ ਦੇ ਨਾਲ ਚੱਲਣਾ ਬਟ ਕਿੱਥੇ ਨਾ ਕਿੱਥੇ ਲਾਈਨਅਪ ਤੁਸੀਂ ਜੇ ਕੀਤੇ ਆ ਤੇ ਟ੍ਰੈਂਡ ਚੇਂਜ ਹੋ ਗਿਆ ਲਾਈਨਅਪ ਇਦਾਂ ਕੀਤੇ ਆ ਜਿਹੜੇ ਹੁਣ ਤਿੰਨ ਗਾਣੇ ਆ ਰਹੇ ਨੇ ਉਹ ਤਾਂ ਬੈਕ ਟੂ ਬੈਕ ਆਉਣੇ ਇੱਕ ਇੱਕ ਮਹੀਨੇ ਦਾ ਗੈਪ ਰੱਖ ਕੇ ਹੈ ਨਾ ਉਹਦੇ 'ਚ ਇੰਨਾ ਸਿਸਟਮ ਥੈਂਕ ਯੂ ਵੈਰੀ ਮੱਚ ਉਹ 'ਚ ਇੰਨਾ ਸਿਸਟਮ ਚੇਂਜ ਨਹੀਂ ਹੁੰਦਾ ਪਰ ਬਾਕੀ ਜਿਹੜੀ ਡਮੀਜ਼ ਬਣੀ ਹੁੰਦੀ ਆ ਓਕੇ ਵੀ ਮਤਲਬ ਹਾਂ ਇਹ ਗਾਣਾ ਹੈਗਾ ਲਾਈਨ 'ਚ ਹੈ ਨਾ ਜਦੋਂ ਟ੍ਰੈਂਡ ਕੀਤਾ ਚੇਂਜ ਹੁੰਦਾ 뮤직 ਨਾਲ ਕੰਪੋਜੀਸ਼ਨ ਸੋਈ ਰਹਿੰਦੀਆਂ ਨੇ ਹੁਣ ਅੱਜ ਵੀ ਚਮਕੀਲਾ ਜੀ ਦੀ ਕੁਲਦੀਪ ਮਾਨਕ ਸਾਹਿਬ ਦੀਆਂ ਕੰਪੋਜੀਸ਼ਨ ਗਾਈਆਂ ਜਾਂਦੀਆਂ ਨੇ ਹੈ ਨਾ ਰਿਪੀਟ ਹੁੰਦੀਆਂ ਸੋ 뮤직 ਦਾ ਟ੍ਰੈਂਡ ਚੇਂਜ ਹੁੰਦਾ ਹਮੇਸ਼ਾ ਗਾਉਣ ਜਿਹੜੀ ਕੰਪੋਜੀਸ਼ਨਸ ਹੁੰਦੀਆਂ ਉਹ ਜ਼ਿਆਦਾਤਰ ਇੰਨੀਆਂ ਚੇਂਜ ਨਹੀਂ ਹੁੰਦੀਆਂ ਸੋ ਜਦੋਂ ਡਮੀਸ ਹੁਣ ਆਪਾਂ ਜਿੱਦਾਂ ਕੀਤੀਆਂ ਪਈਆਂ ਜਦੋਂ ਹੁਣ ਆਪਾਂ ਨੂੰ ਲੱਗਿਆ ਵੀ ਹਾਂ ਹੁਣ ਕਰਨਾ ਗਾਣਾ ਫਿਰ ਉਦੋਂ ਫਰੈਸ਼ ਜਿਹੜਾ 뮤직 ਹੁੰਦਾ ਉਹਦਾ ਹੋਊਗਾ ਫਿਰ ਉਹ ਇੰਨਾ ਟ੍ਰੈਂਡ ਦਾ ਫਰਕ ਨਹੀਂ ਪੈਂਦਾ ਹੈਗਾ ਠੀਕ ਹੈ ਸੋ ਸੋਸ਼ਲ ਮੀਡੀਆ ਦਾ ਅੱਜ ਕੱਲ੍ਹ ਬਹੁਤ ਵੱਡਾ ਰੋਲ ਪਲੇ ਹੋ ਰਿਹਾ ਨਾ ਹਿੱਟ ਕਰਾਉਣ ਵਾਸਤੇ ਬਹੁਤ ਵਧੀਆ ਬਹੁਤ ਸੋ ਤੁਹਾਡੀ ਫੇਵਰੇਟ ਸੋਸ਼ਲ ਮੀਡੀਆ ਐਪ ਕਿਹੜੀ ਆ ਜਿੱਥੇ ਤੁਸੀਂ ਐਕਟਿਵ ਹੋ ਮੈਂ ਜੀ ਇੰਸਟਾਗ੍ਰਾਮ 'ਤੇ ਸਨੈਪਚੈਟ 'ਤੇ ਇੰਸਟਾਗ੍ਰਾਮ 'ਤੇ ਟਿਕਟੋਕ ਟਿਕਟੋਕ ਹੁਣ ਮੈਂ ਸ਼ੁਰੂ ਜਿਹਾ ਕੀਤਾ ਕਿਉਂਕਿ ਆਰਟਿਸਟ ਸਾਰੇ ਅੱਜ ਕੱਲ੍ਹ ਟਿਕਟੋਕ ਦੇ ਜ਼ਰੀਏ ਹੈ ਜੀ ਨਹੀਂ ਟਿਕਟੋਕ ਬਹੁਤ ਵਧੀਆ ਬਹੁਤ ਵਧੀਆ ਜ਼ਰੀਆ ਬਹੁਤ ਲੋਕਾਂ ਨੂੰ ਰੋਟੀ ਪਾਇਆ ਇਸ ਚੀਜ਼ ਨੇ ਇਸ ਐਪ ਨੇ ਮੈਂ ਜੋ ਸੱਚ ਹੈ ਉਹ ਸੱਚ ਹੈ ਹੈ ਨਾ ਬਹੁਤ ਜਣੇ ਰੋਟੀ ਪਏ ਆ ਤੇ ਵਧੀਆ ਗੱਲ ਹੈ ਜੇ ਕੋਈ ਵਧੀਆ ਇਸ ਦਾ ਇਸਤੇਮਾਲ ਕਰ ਰਿਹਾ ਲੋਕਾਂ ਨੂੰ ਪਤਾ ਚੱਲ ਗਿਆ ਵੀ ਹੁਣ ਕਰਨਾ ਚਾਹੀਦਾ ਸੋ ਹੁਣ ਇਹ ਆਪਾਂ ਦੇਖ ਸਕਦੇ ਹਾਂ ਕਿ ਰੋਹਨਪ੍ਰੀਤ ਨੂੰ ਟਿਕਟੋਕ ਤੇ ਫਨੀ ਗੱਲਾਂ ਬਾਤਾਂ ਕਰਦਾ ਹੈ ਮੈਂ ਅੱਜ ਮੈਂ ਪੱਗ ਬੰਨੀ ਹੋਈ ਹੈ ਤੇ ਮੈਂ ਅੱਜ 3-4 ਵੀਡੀਓ ਬਣਾ ਲੈਣੀ ਹੈ ਬਸ ਹੌਲੀ ਹੌਲੀ ਕਰਕੇ ਪਾ ਦੇ ਜਿੰਨ ਤਿਆਰ ਹੁੰਦੇ ਉਸੇ ਦਿਨ ਬਣੂਗੀ ਵੀਡੀਓ ਓਕੇ ਸੋ ਸੋਸ਼ਲ ਮੀਡੀਆ ਤੇ ਜਿਵੇਂ ਦੱਸਿਆ ਕਿ ਬਹੁਤ ਵੱਡਾ ਰੋਲ ਪਲੇ ਕਰ ਰਿਹਾ ਬਟ ਕਿਤੇ ਨਾ ਕਿਤੇ ਸੋਸ਼ਲ ਮੀਡੀਆ ਦੀ ਨੈਗੇਟਿਵਿਟੀ ਵੀ ਹੈਗੀ ਹੈ ਕਿ ਕੋਈ ਵੀ ਆਉਂਦਾ ਕਿਸੇ ਨੂੰ ਆਪਾਂ ਸਟਾਰ ਬਣਾ ਦਿੰਦੇ ਹਾਂ 4 ਦਿਨ ਦੀ ਚਾਂਦੀ ਫਿਰ ਢਾ ਦਿੰਦੇ ਹਾਂ ਬਹੁਤ ਜ਼ਿਆਦਾ ਪਤਾ ਕੀ ਹੈ ਦੇਖੋ ਉਹ ਗੱਲ ਅੱਜ ਵੀ ਮੈਂ ਪਤਾ ਨਹੀਂ ਕਿਸੇ ਨਾਲ ਕਰਦਾ ਸੀਗਾ ਵੀ ਜਿੱਦਾਂ ਕਈ ਹੁੰਦੇ ਆ ਵੀ ਕਾਮੇਡੀ ਤੋਂ ਮਤਲਬ ਉਹਨਾਂ ਦੀ ਕਾਮੇਡੀ ਚੱਕ ਲੈਂਦੀ ਆ ਲੋਕ ਜਨਤਾ ਹੈ ਨਾ ਅਤੇ ਉਹ ਵਿਚਾਰੇ ਜਿਹੜੇ ਪਹਿਲਾਂ ਜਿਹੜੇ ਕੰਮ ਕਰਦੇ ਹੁੰਦੇ ਆ ਉਹ ਫਿਰ ਇੱਕ ਗਾਣਾ ਤਾਂ ਚਲੋ ਕਢਾ ਤਾ ਉਸ ਤੋਂ ਬਾਅਦ ਕੀ ਜਨਤਾ ਨੇ ਹੁਣ ਜੇ ਦੇਖਣਾ ਉਹਨਾਂ ਨੂੰ ਐਜ਼ ਅ ਕਾਮੇਡੀਅਨ ਦੇਖਣਾ ਐਜ਼ ਅ ਸਿੰਗਰ ਨਹੀਂ ਦੇਖਣਾ ਉਹਨਾਂ ਨੂੰ ਹੈ ਨਾ ਅਤੇ ਇੱਕ ਵਾਰ ਦੇਖ ਲੈਣਗੇ ਦੋ ਵਾਰ ਦੇਖ ਲੈਣਗੇ ਪਰ ਜਿਹੜਾ ਮੇਨ ਉਹ ਜਿਹੜਾ ਉਹਨਾਂ ਦਾ ਮੁੱਦਾ ਹੋਊਗਾ ਜਿਹੜਾ ਜਿਸ ਕੰਮ 'ਤੇ ਉਹ ਆਲਰੇਡੀ ਕੰਮ ਕਰ ਰਹੇ ਆ ਉਹ ਫਿਰ ਉਹਨਾਂ ਤੋਂ ਰਹਿ ਜਾਂਦਾ ਮੇਰੇ ਹਿਸਾਬ ਨਾਲ ਫਿਰ ਕਿਤੇ ਨਾ ਕਿਤੇ ਉਹ ਫੇਮ ਦੇ ਚੱਕਰਾਂ 'ਚ ਆ ਗਏ ਨਾ ਫਿਰ ਉਹ ਉੱਥੋਂ ਵੀ ਜਾਂਦੇ ਆ ਇੱਥੋਂ ਵੀ ਜਾਂਦੇ ਆ ਉਹ ਗੱਲ ਆਈ ਥਿੰਕ ਗਲਤ ਆ ਬਾਕੀ ਜੇ ਕੋਈ ਟੈਲੈਂਟਿਡ ਹੈ ਰੈਲੀ ਕੋਈ ਟੈਲੈਂਟਿਡ ਹੈਗਾ ਉਹਦੇ ਟੈਲੈਂਟ ਨੂੰ ਸ਼ੋ ਕਰਨਾ ਚਾਹੀਦਾ ਜ਼ਰੂਰੀ ਆ ਜਿੱਦਾਂ ਸੋਸ਼ਲ ਮੀਡੀਆ ਤੁਸੀਂ ਦੱਸਿਆ ਕਿ ਰੋਲ ਪਲੇ ਵਧੀਆ ਵੀ ਹੈ ਅਤੇ ਨੈਗੇਟਿਵ ਆ ਬਟ ਤੁਹਾਡੇ ਮਤਲਬ ਤੁਸੀਂ ਕੀ ਸੋਚਦੇ ਹੋ ਕਿ ਯਾਰ ਇਹ ਕਿੰਨਾ ਹੈਲਪਫੁਲ ਹੈ ਅੱਜ ਦੇ ਟਾਈਮ ਕਿਉਂਕਿ ਫੇਕ ਨਿਊਜ਼ ਬਹੁਤ ਟਰੈਵਲ ਹੁੰਦੀਆਂ ਅਤੇ ਉਸ ਚੀਜ਼ ਨੂੰ ਲੈ ਕੇ ਤੁਸੀਂ ਕਿੰਨਾ
ਉਹਨੂੰ ਸਪੋਰਟ ਕਰ ਦਿਓ ਕਿ ਨਹੀਂ ਯਾਰ ਚੀਜ਼ਾਂ ਚੱਲਦੀਆਂ ਰਹਿਣ ਚਾਹੀਦੀਆਂ ਜਾਂ ਉਸ 'ਤੇ ਕੰਟਰੋਲ ਹੋਣਾ ਚਾਹੀਦਾ? ਨਹੀਂ ਦੇਖੋ ਜੀ, ਜਨਤਾ ਆਲਰੇਡੀ ਪਹਿਲਾਂ ਜਿਹੜੇ ਵਿਊਵਰਸ ਹੈਗੇ ਆ, ਜਿਹੜੇ ਲੋਕ ਹੈਗੇ ਆ, ਆਲਰੇਡੀ ਬਹੁਤ ਸਿਆਣੇ ਹੈਗੇ ਆ, ਉਹਨਾਂ ਨੂੰ ਪਤਾ ਕੀ ਚੰਗਾ ਕੀ ਮਾੜਾ, ਹੈ ਨਾ? ਲੋਕਾਂ ਨੂੰ ਪਤਾ ਹੁੰਦਾ, ਠੀਕ ਹੈ, ਕਈ ਵਾਰ ਹਾਸੇ ਮਜ਼ਾਕ ਦਾ ਜ਼ਰੀਆ ਜ਼ਰੂਰੀ ਹੈ, ਪਰ ਸੋਸ਼ਲ ਮੀਡੀਆ ਬਹੁਤ ਜ਼ਰੂਰੀ ਹੈ ਕਿਉਂਕਿ ਕਈ ਟੈਲੈਂਟ ਇੱਦਾਂ ਦੇ ਹੈਗੇ ਆ ਜਿਹੜੇ ਕਿ ਘਰਾਂ ਬੈਠੇ ਨੇ, ਮਤਲਬ ਨਹੀਂ ਇਹਨਾਂ ਕੋਲ, ਉਹਨਾਂ ਕੋਲ ਨਹੀਂ ਓਪਰਚੁਨਿਟੀ ਨਹੀਂ ਹੈਗੀ ਵੀ ਉਹ ਜਿਹਾ ਕੁਛ ਕਰ ਸਕਣ, ਹੈ ਨਾ? ਅਤੇ ਕਈ ਵਾਰ ਲੋਕ ਵੀਡੀਓ ਬਣਾ ਕੇ ਉੱਦਾਂ ਪਾ ਦਿੰਦੇ ਨੋਰਮਲੀ, ਅਤੇ ਬਸ ਮਾਲਕ ਨਿਗਾਹ ਸਿੱਧੀ ਰੱਖਦਾ, ਕਹਿੰਦਾ ਵੀ ਲੋਕਾਂ ਦੇ ਸਾਹਮਣੇ ਆ ਜਾਂਦੀ ਹੈ ਅਤੇ ਉਹਨਾਂ ਨੂੰ ਬਹੁਤ ਬੈਨੀਫਿਟ ਵੀ ਹੋ ਜਾਂਦਾ। ਸੋਸ਼ਲ ਮੀਡੀਆ ਜ਼ਰੂਰੀ ਵੀ ਹੈ ਕਿਤੇ ਨਾ ਕਿਤੇ, ਬਹੁਤ ਜ਼ਿਆਦਾ ਆਪਾਂ ਨੂੰ ਬਹੁਤ ਹੈਲਪਫੁਲ ਵੀ ਹੈਗਾ। ਸੋਸ਼ਲ ਮੀਡੀਆ ਤੁਹਾਡਾ ਇੱਕ ਹੋਰ ਗਾਣਾ ਬੜਾ ਹਿੱਟ ਹੈਗਾ, ਤੇਰੇ ਬਿਨ। ਸੋ ਉਹਦੀਆਂ ਦੋ ਲਾਈਨ ਜਾਣ ਤੋਂ ਪਹਿਲਾਂ ਜ਼ਰੂਰ ਤੇਰੇ ਬਿਨ ਸਾਨੂੰ ਸੁਣਿਆ। ਮੈਨੂੰ ਦੱਸੋ ਕਿਸੇ ਟੀਮ ਵਾਲੇ ਨੇ ਤਾਂ ਨਹੀਂ ਗਿਆ ਸੀਗਾ, ਕਹਿ ਸਕਦੇ ਆ। ਓਕੇ ਓਕੇ ਓਕੇ, ਚਲੋ ਮੈਂ ਸੁਣਾਉਂਦਾ, ਦੋ ਕੁ ਲਾਈਨਾਂ ਮੈਂ ਸੁਣਾ ਦਿੰਦਾ। ਤੇਰੇ ਬਿਨ ਸਾਨੂੰ ਸੁਣਿਆ ਕੋਈ ਹੋਰ ਨਹੀਂ ਲੱਭਣਾ, ਜੋ ਦੇਵੇ ਰੂਹ ਨੂੰ ਸਕੂਨ, ਚੁੱਕੇ ਜੋ ਨਖਰਾ ਮੇਰਾ। ਆਪਣਾ ਰੋਹਨਪ੍ਰੀਤ ਸਿੰਘ, ਤੇ ਫੋਰ ਮੋਰ ਇੰਟਰਵਿਊਜ਼ ਤੁਸੀਂ ਸਬਸਕ੍ਰਾਈਬ ਕਰ ਸਕਦੇ ਹੋ ਬੱਲੇ ਬੱਲੇ ਦਾ ਟੀਵੀ ਚੈਨਲ, ਤੇ ਦੇਖਦੇ ਰਹੋ ਬਸ।